ਮਨਿੰਦਰ ਸਿੰਘ ਨਾਂ ਦਾ ਆਦਮੀ ਆ, ਪਿੰਡ ਮਾਨ ਸਿੰਘ ਵਾਲੇ ਦਾ ਰਹਿਣ ਵਾਲਾ। ਇਸ ਬੰਦੇ ਨੇ ਖਾਲੇ ਨੂੰ ਢਾਇਆ ਉੱਥੇ, ਅਤੇ ਅਸੀਂ ਸੰਬੰਧਿਤ ਮਹਿਕਮੇ ਨੂੰ ਲਿਖੀ ਹੈ, ਚਿੱਠੀ ਲਿਖੀ ਹੈ ਕਿ ਸਾਨੂੰ ਦੱਸਿਆ ਜਾਵੇ ਵੀ ਇਹ ਰਕਬਾ ਮੁਕਤਸਰ ਡਿਸਟ੍ਰਿਕਟ ਦਾ ਕਿ ਫਰੀਦਕੋਟ ਡਿਸਟ੍ਰਿਕਟ ਦਾ, ਕਿਉਂਕਿ ਬਿਲਕੁਲ ਹੱਦ ਦੇ ਉੱਤੇ ਆ। ਅਤੇ ਅਜੇ ਸਾਨੂੰ ਮਹਿਕਮੇ ਵੱਲੋਂ ਕੋਈ ਜਵਾਬ ਨਹੀਂ ਦਾਇਆ। ਜਿਵੇਂ ਸਾਨੂੰ ਲਿਖ ਕੇ ਆ ਜਾਂਦਾ ਸੀ, ਫਿਰ ਬਣਦੀ ਕਾਰਵਾਈ ਉਸ ਹਿਸਾਬ ਨਾਲ ਕਰਦੇ। ਮਸਾ ਸਾਡੀ ਜੀ 50 ਸਾਲ ਤੋਂ ਸਾਡਾ ਖਾਲਾ ਚੱਲਦਾ ਸੀਗਾ, ਪੱਕਾ 9 ਇੰਚੀ ਬਣਿਆ ਸੀਗਾ। ਇਸ ਬੰਦੇ ਨੇ ਜ਼ਬਰਦਸਤੀ ਢਾਤਾ, ਅਤੇ ਹੋਰ ਸਾਡੇ ਹੁਣ 8 ਦਿਨ ਤੋਂ ਹੀ ਖਾਈ ਜਾਂਦੇ, ਧੱਕੇ ਕੋਈ ਸੁਣਵਾਈ ਨਹੀਂ ਹੋ ਰਹੀ। ਕਿੰਨੀ ਕੁ ਜ਼ਮੀਨ ਇਹ ਤੋਂ ਪ੍ਰਭਾਵਿਤ ਹੋਈ, ਕਿੰਨੇ ਪਿੰਡਾਂ? ਇਹ ਤੋਂ 465 ਕਿੱਲੇ ਜ਼ਮੀਨ ਪ੍ਰਭਾਵਿਤ ਹੋਈ ਹੈ ਜੀ, ਅਤੇ 4 ਪਿੰਡਾਂ ਦੀ ਹੈ ਜੀ। ਬਿਜਲੀ ਵਾਲਾ ਜੋ ਕਿਸਾਨ ਆ, ਕਿੰਨੇ ਕੁ ਰਕਬੇ ਵਾਲੇ ਆ? ਕਿਸਾਨ ਤਕਰੀਬਨ 2-3 ਕਿੱਲੇ, 4-4 ਕਿੱਲੇ ਵਾਲੇ ਆ ਸਾਰੇ, ਛੋਟੇ ਕਿਸਾਨ। ਵੱਧ ਤੋਂ ਵੱਧ 10 ਕਿੱਲੇ ਵਾਲੇ। ਮੰਗ ਤਾਂ ਪ੍ਰਸ਼ਾਸਨ ਤੋਂ ਇਹੀ ਕਰਦੇ ਹਾਂ, ਜੇ ਹੋਰ ਤਾਂ ਜਿਵੇਂ ਵੀ ਨਿੱਕੇ ਨਿੱਕੇ ਕੰਮਾਂ ਦੀਆਂ ਵਿਭਾਗੀਆਂ ਕਾਰਵਾਈਆਂ ਹੋ ਜਾਂਦੀਆਂ ਜੀ, ਐਡੀ ਵੱਡੀ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਹੋਇਆ, ਇੰਨੇ ਲੋਕਾਂ ਨੂੰ ਪ੍ਰਭਾਵਿਤ ਹੋਏ ਆ, ਅਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਾਨੂੰਨ ਬਣਦੀ ਹੈ। ਕਿੰਨਾ ਦੀ ਸ਼ਹਿ 'ਤੇ ਲੱਗਦਾ ਘਟਾਇਆ ਗਿਆ? ਸਰਕਾਰੀ ਸ਼ਹਿ ਆ ਜੀ, ਮਤਲਬ ਅਸੀਂ ਸਿੱਧਾ ਕਹਿਣਾ ਵੀ ਪਾਰਟੀ ਦੀ ਕਰ ਲਓ, ਮੌਜੂਦਾ ਪਾਰਟੀ ਦੀ, ਜਿਹੜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿੱਥੇ ਵੀ ਕਹਿੰਦੇ ਆ ਰਾਜੀਨਾਮਾ ਕਰਨ ਨੂੰ ਕਹਿੰਦੇ ਆ ਵੀ ਦਬਾਅ ਪਾਉਂਦੇ ਵੀ ਤੁਹਾਡਾ ਖਾਲਾ ਕੱਚਾ ਪਾ ਦਿੰਦੇ। ਦੇਖੋ ਜੀ, ਕੱਚਾ ਖਾਲਾ ਚੱਲ ਸਕਦਾ ਇਹ? ਅੱਗੇ ਉਚਾਈ 'ਚ ਜਾਂਦਾ, ਇੱਥੋਂ ਤਕਰੀਬਨ 4 ਕਿਲੋਮੀਟਰ ਪਾਣੀ ਜਾਂਦਾ, ਇੱਥੋਂ ਪਾਣੀ ਜਾ ਹੀ ਨਹੀਂ ਸਕਦਾ ਅੱਗੇ। 4 ਕਿਲੋਮੀਟਰ ਪਾਣੀ ਇੱਥੇ ਮੁੱਢ ਦੇ ਵਿੱਚ ਕੱਚਾ, ਇੱਥੇ ਬਦਮਾਸ਼ ਬੰਦਾ ਹੈ, ਅਸੀਂ ਰਾਤ ਨੂੰ ਆ ਕੇ ਢਾ ਜਾ ਕਰੂ, ਅਸੀਂ ਕੀ ਕਰਾਂਗੇ? ਪੱਕਾ ਨਹੀਂ ਛੱਡਣਾ ਕੱਚਾ। ਸਮੱਸਿਆ ਇਹ ਕ੍ਰਿਮੀਕਲ ਬੰਦਾ ਜੀ, ਪਿਛਲੇ ਵੀ ਸਾਲ ਤੋਂ ਢਾਏ ਨੇ, ਅਤੇ ਇਸ ਵਾਰ ਵੀ ਇਹ ਬਹੁਤ ਵੱਡੀ ਇਹਨੇ ਆਹ ਸ਼ਰਾਰਤ ਕੀਤੀ ਹੈ ਜੀ। ਸਾਨੂੰ ਇਹ ਤੋਂ ਬਹੁਤ ਡਰ ਆ ਕਿ ਕੋਈ ਸੱਟ ਪੇਟ ਤੋਂ ਵੀ ਡਰ ਆ, ਅਸੀਂ ਰਾਤ ਨੂੰ ਤੁਰੇ ਫਿਰਦੇ ਹਾਂ ਜੀ, ਨਾ ਸੌਂਦੇ ਹਾਂ। ਅਤੇ ਕਰਨ ਬਰਾੜ ਦਾ ਸ਼ਰੇਆਮ ਨਾਮ ਲੈ ਰਿਹਾ ਜੀ ਕਰਨ ਬਰਾੜ ਦਾ ਇਹ, ਕਿ ਮੈਨੂੰ ਉਹਨੇ ਕਿਹਾ ਕਿ ਜੋ 1 ਸਾਲ 'ਚ ਕਿਹੜਾ ਕੁਛ ਕਰਨਾ ਤੂੰ ਕਰ। ਮੁਕਤਸਰ MLA ਜੀ, ਮੰਗ ਇਹ ਕਰਦੇ ਹਾਂ ਜੀ, ਸਾਨੂੰ ਇਨਸਾਫ਼ ਚਾਹੀਦਾ, ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ 'ਤੇ। ਅਸੀਂ ਐਕਸੀਡੈਂਟ ਕੋਲ ਕੇ ਕਹਿੰਦਾ ਮੈਂ ਤਾਂ ਕੁਛ ਕਰ ਨਹੀਂ ਸਕਦਾ, ਪੁਲਿਸ ਕੇਸ ਆ, ਪੁਲਿਸ ਕੋਈ ਨਹੀਂ ਕਰ ਰਹੀ, ਕਿਤੇ ਉੱਧਰ ਭੇਜਦੀ ਆ, ਕਿਤੇ ਬਰੂ ਵਾਲੇ ਕਹਿ ਰਹੇ, ਕਿਤੇ ਇੱਧਰ ਕਹਿ ਰਹੇ ਆ। ਪਰ ਅਸੀਂ ਇਹੀ ਸਰਕਾਰ ਤੋਂ ਮੰਗ ਕਰ ਰਹੇ ਹਾਂ, ਜਲਦ ਤੋਂ ਜਲਦ ਸਾਡੀ ਕਾਰਵਾਈ ਕੀਤੀ ਜਾਵੇ। ਅਤੇ ਪ੍ਰਸ਼ਾਸਨ ਦਾ ਹੱਥ ਆ, ਸ਼ਰੇਆਮ ਨਾਮ ਲੈ ਰਿਹਾ ਕਰਨ ਬਰਾੜ ਦਾ ਇਹ ਖਾਲਾ ਢਾ। ਅਸੀਂ ਸੂਆ ਢਾ ਸਕਦੇ, 2 ਕਿਲੇ ਵੱਟੂ ਸੂਆ ਢਾ ਸਕਦੇ, ਇਹ ਨਹੀਂ ਸਰਕਾਰ ਦਾ ਹੱਥ ਆ ਜੀ ਵਿੱਚ। ਸਰਕਾਰ ਤੋਂ ਬਿਨਾਂ ਇਹ ਮਾਮੂਲੀ ਜਿਹਾ ਬੰਦਾ, ਕ੍ਰਿਮੀਨਲ ਬੰਦਾ, ਸਰਕਾਰ ਤੋਂ ਬਿਨਾਂ ਤਾਂ ਕੰਮ ਕਰ ਹੀ ਨਹੀਂ ਸਕਦਾ ਜੀ। ਇਹ ਪ੍ਰਸ਼ਾਸਨ ਦਾ ਹੱਥਾਂ ਵਿੱਚ ਇਹਨੂੰ ਬੇਖੌਫ ਕੰਮ ਕਰਦਾ ਜੀ, ਇਹ ਕਹਿੰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਗਾ, ਮੈਂ ਜੋ ਕੁਛ ਆਇਆ ਮੈਨੂੰ 1 ਸਾਲ ਦੀ ਮੋਹਲਤ ਦਿੱਤੀ ਹੈ ਪ੍ਰਸ਼ਾਸਨ ਨੇ, ਸਰਕਾਰ ਨੇ ਵੀ, ਦੋ ਮਰ ਜਿਹੜਾ ਕੁਛ ਕਰਨਾ ਕਰ ਲਾ, ਤੂੰ ਬਾਅਦ 'ਚ ਆਪਾਂ ਅਸੀਂ ਆਪੇ ਸੈੱਟ ਕਰ ਲਾਂਗੇ। ਅਸੀਂ 500 ਬੰਦਾ, ਇਹ ਤੇ 460 ਕਿੱਲੇ ਜ਼ਮੀਨ ਆ ਜੀ ਸਾਡੇ, 3-4 ਪਿੰਡਾਂ ਦੀ, 20 ਕਿੱਲੇ ਪਲੀ। ਤੇ ਵੇਖੋ ਤੁਸੀਂ ਇਹਦੇ ਤਾਂ ਜਿਹੜੇ ਬੰਦਾ ਕੋਈ ਮੂਹਰੇ ਲਾ ਕੇ ਬੋਲਦਾ ਉਹਦੇ ਘਰੇ ਜਾ ਕੇ ਉਹਨੂੰ ਧਮਕਾ ਆਉਂਦਾ, ਮੈਂ ਤੈਨੂੰ ਸਮਝੂੰਗਾ। ਗਰੀਬ ਬੰਦੇ ਆ ਜੀ, ਲੋਕ ਕਿਸੇ 10 ਕਿੱਲੇ, ਕਿਸੇ 5 ਕਿੱਲੇ, ਕੋਈ ਨਾ ਤਾਂ ਬੋਰ ਕਰਨ ਜੋ ਘੇਟੇ, ਨਾ ਹੁਣ ਮੌਕੇ 'ਤੇ ਆ ਕੇ ਅਸੀਂ ਕੋਈ ਕਰ ਹੀ ਸਕਦੇ ਜੀ, ਵੀ ਅਸੀਂ ਕੋਈ ਤਾਂ ਕਰ ਲਈਏ ਖਾਲੇ ਦਾ ਕੀ। ਅਸੀਂ ਅੱਗੇ ਵੀ ਆਪਦੇ ਪੈਸੇ ਪਾ ਕੇ ਬਣਾਇਆ ਜੀ, 3 ਵਾਰੀ ਇਹਨੇ ਅੱਗੇ 2 ਵਾਰੀ ਚੱਕ ਲਾ ਕੇ ਢਾਤਾ ਜੀ, ਹੁਣ ਇਹਨੇ ਜਮਾਂ ਚੱਕਤਾ, ਸਾਡਾ ਕੋਈ ਹਾਲ ਨਹੀਂ ਗਾ ਜੀ। ਜਾਂ ਤਾਂ ਸਾਡੇ ਕੋਈ ਸੁਣਵਾਈ ਹੋ ਜੇ, 3-4 ਬੰਦੇ ਨਹੀਂ, ਅਸੀਂ ਜੀ ਜਿੱਥੇ ਰੋਇਆ ਸਾਥੋਂ, ਇੱਥੇ ਕੋਈ ਕਿਸਾਨ ਸਾਡਾ ਖੁਦਕੁਸ਼ੀ ਵੀ ਕਰ ਸਕਦਾ ਜੀ, ਇਹਦੀ ਗੱਲ ਨਹੀਂ, ਨਾਲ ਹੀ ਅਸੀਂ ਕਰਕੇ ਵਿਖਾਵਾਂਗੇ, ਇਹਦੀ ਗੱਲ ਵੀ ਨਹੀਂ ਕੀਤੀ। ਹੁਣ ਜਾ ਕੇ ਮਰੂਗਾ ਜੀ ਬੰਦਾ, ਇੱਥੇ ਕੀ ਸਾਰੀ ਪ੍ਰਸ਼ਾਸਨ, ਪਾਣੀ ਸਾਡੇ ਆਉਂਦਾ ਨਹੀਂ, ਮਾੜਾ ਸਾਡੇ ਪਾਣੀ ਹੈ ਜੀ। ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੋਈ ਹਾਲ ਨਹੀਂ, ਪ੍ਰਸ਼ਾਸਨ ਦੀ ਜ਼ਿੰਮੇਵਾਰੀ, ਜੇ ਕੋਈ ਇੱਧਰ ਕੰਮ ਹੋ ਗਿਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ, ਸਾਡੀ ਕੋਈ ਖੜਦੇ ਇੱਥੇ, ਇੰਨੀ ਦੂਰ ਜਾਣ ਦੀ ਲੋੜ ਹੀ ਨਹੀਂ ਜੀ, ਲੋੜ ਹੀ ਨਹੀਂ ਇੰਨੀ ਦੂਰ ਜਾਣ ਦੀ। ਕੋਈ ਸ਼ਰਾਰਤ ਕਰਦੇ ਬੰਦਾ ਐਵੇਂ ਕੋਈ, ਸਿੰਘ ਵਿੱਚ ਜ਼ਰੂਰ ਪਾਉਣੀ ਹੈ।
ਉਹ ਪਾਰਟੀ ਕੌਣ ਆ ਫੋਨ ਕਰਨਾ ਕਿ ਆਉਂਦੇ ਰਹੇ ਆਜੋ ਗਾ ਆਜੋ ਆਜੋ ਇੱਧਰ ਆਜੋ ਸਾਰੇ ਉੱਥੇ ਦੇ ਬੋਲ